ਜਲੰਧਰ ਦੀ ਲਾਡੋ ਵਾਲੀ ਰੋਡ ਤੇ ਸੇਹਰਾ ਫੀਲਡ ਦੇ ਬਾਬਾ ਕਤਲ ਕੇਸ ਵਿੱਚ ਪੁਲਿਸ ਨੇ 3 ਹੋਰ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਹ ਜਾਣਕਾਰੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ। ਪੁਲਿਸ ਨੂੰ ਇਨ੍ਹਾਂ ਦੋਸ਼ੀਆਂ ਦੇ ਕੋਲੋਂ ਦੇਸੀ ਪਿਸਤੌਲ, ਮੈਗਜ਼ੀਨ ਤੇ 5 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ। ਪੁਲਿਸ ਪਹਿਲਾਂ ਹੀ ਇਸ ਕਤਲ ਕੇਸ ਦੇ ਮਾਸਟਰਮਾਈਂਡ ਗੁਰਪ੍ਰੀਤ ਸਿੰਘ ਗੋਪੀ ਬਾਜਵਾ ਨੂੰ ਕਾਬੂ ਕਰ ਚੁੱਕੀ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਬਾਕੀ ਆਰੋਪੀਆਂ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਗੋਪੀ ਬਾਜਵਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਾਬਾ ਤੇ ਉਸਦੇ ਭਾਈ ਬੱਬੂ ਦੇ ਗੋਲੀਆਂ ਚਲਾਈਆਂ ਸਨ, ਜਿਸ ਦੌਰਾਨ ਬਾਬਾ ਦੀ ਮੌਤ ਹੋ ਗਈ ਸੀ। ਮਰਡਰ ਹੋਇਆ ਸੀ ਤਾਂ ਵਾਲੇ ਅਟੈਂਪਟ ਟੂ ਮਰਡਰ ਦਾ ਕੇਸ ਰਜਿਸਟਰ ਹੋਇਆ ਸੀ ਸ਼ਾਸਤਰੀ ਮਾਰਕੀਟ 'ਚ, ਸੇਹਰਾ ਐਗਰੀਕਲਚਰ ਜਿਹੜਾ ਵਰਕਸ ਦੇ ਵਿੱਚ ਦੋ ਬ੍ਰਦਰਸ ਦੇ ਉੱਤੇ ਇੱਕ ਦੀ ਅਨਫੋਰਚੁਨੇਟਲੀ ਡੈਥ ਹੋ ਗਈ ਸੀ, ਦੂਸਰੇ ਇੰਜਰਡ ਸੀ, ਗਨਸ਼ੋਟ ਇੰਜਰੀ ਸੀ ਅਤੇ ਵੈਸੇ ਵੀ ਤੇਜ਼ ਧਾਰ ਹਥਿਆਰਾਂ ਦੀ ਇੰਜਰੀ ਸੀ। ਉਹਦੇ 'ਚ ਅਸੀਂ ਇੱਕ ਮੁਲਜ਼ਮ ਜਿਹੜਾ ਗੁਰਪ੍ਰੀਤ ਗੋਪੀ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ। ਅੱਜ ਬੜਾ ਇੰਪੋਰਟੈਂਟ ਸਾਨੂੰ ਕੈਚ ਹੋਏ ਨੇ, 3 ਹੋਰ ਜਿਹੜੇ ਮੇਨ ਮੁਲਜ਼ਮ ਨੇ ਉਹ ਵੀ ਅਸੀਂ ਗ੍ਰਿਫਤਾਰ ਕੀਤੇ, ਜਿਹਦੇ 'ਚ ਸਭ ਤੋਂ ਇੰਪੋਰਟੈਂਟ ਹੈ ਸੁਖਵਿੰਦਰ ਪਾਲ ਸਿੰਘ ਏਲੀਅਸ ਗੋਲਡੀ, ਦੂਸਰਾ ਹੈਗਾ ਵਿਕਾਸ ਕਲਿਆਣ ਏਲੀਅਸ ਨੰਨੂ, ਔਰ ਅਭਿਨੰਦਨ ਸ਼ਰਮਾ ਏਲੀਅਸ ਨੰਦੂ। ਜਿਹੜਾ ਸੁਖਵਿੰਦਰ ਪਾਲ ਗੋਲਡੀ ਹੈ ਇਹ ਕਾਫੀ ਮਾਮਲਿਆਂ 'ਚ ਪਹਿਲਾਂ ਵੀ ਵਾਂਟਡ ਹੈ ਔਰ ਇਹਦੇ ਖਿਲਾਫ 8 ਕ੍ਰਿਮੀਨਲ ਕੇਸਿਸ ਦਰਜ ਨੇ ਵੱਖ ਵੱਖ ਡਿਸਟ੍ਰਿਕਟਸ ਦੇ ਵਿੱਚ। ਅੱਜ ਜਦੋਂ ਤਹਿਕੀਕਾਤ ਕੀਤੀ ਗਈ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਥਾਣਾ ਬਿਆਸ ਦੇ ਇੱਕ ਡਕੈਤੀ ਦੇ ਕੇਸ ਦੇ ਵਿੱਚ ਵੀ ਇਹ ਪ੍ਰੋਕਲੇਮ ਡਿਫੈਂਡਰ ਹੈ, ਔਰ ਵੈਸੇ ਵੀ ਜਿਹੜੇ 307 ਦੇ ਈਵਨ ਨਸ਼ਿਆਂ ਦੇ NDPS ਦਾ ਵੀ ਮੁਕੱਦਮਾ ਇਹਦੇ ਖਿਲਾਫ ਦਰਜ ਹੈ, ਔਰ ਇਹ ਕਾਫੀ ਸਮੇਂ ਤੋਂ ਭਗੌੜਾ ਹੈ ਔਰ ਇਹ ਕਾਫੀ ਕ੍ਰਿਮੀਨਲ ਵਰਲਡ ਦੇ ਵਿੱਚ ਇਹਦੀ ਲਿੰਕ ਇਹਨੇ ਆਪਣੇ ਆਪ 'ਚ ਪੈਦਾ ਕੀਤੇ ਹੋਏ ਸੀਗੇ। ਔਰ ਜੋ ਸਾਡੀ ਟੀਮ ਨੇ ਇਹਨੂੰ ਮਦਨ ਮੋਹਨ ਮਾਲਵੀਆ ਰੋਡ ਦਿੱਲੀ ਤੋਂ ਗ੍ਰਿਫਤਾਰ ਕੀਤਾ, ਔਰ ਉਹਦੇ 'ਚ ਪ੍ਰਿਲੀਮਨਰੀ ਤੌਰ 'ਤੇ ਗੱਲ ਸਾਹਮਣੇ ਆਈ ਹੈ ਕਿ ਰੋਹਿਣੀ ਦਿੱਲੀ ਦੇ ਵਿੱਚ ਇਹਨੇ ਇੱਕ ਪੁਰਾਣੇ ਕ੍ਰਿਮੀਨਲਸ ਦੇ ਨਾਲ ਜਿਹੜੇ ਕਿ ਦਿੱਲੀ ਬੇਸ ਸੀਗੇ ਉਹਨਾਂ ਨਾਲ ਦੋਸਤੀ ਦੌਰਾਨ ਇਹ ਰਿਹਾਇਸ਼ ਉੱਥੇ ਆਪਣੇ ਵਾਸਤੇ ਰੱਖੀ ਹੋਈ ਸੀ, ਔਰ ਜਦੋਂ ਵੀ ਵਾਰਦਾਤ ਕਰਕੇ ਨਿਕਲਦਾ ਸੀ ਤਾਂ ਰੋਹਿਣੀ ਦਿੱਲੀ ਜਾ ਕੇ ਪਨਾਹ ਲੈ ਲੈਂਦਾ ਸੀ। ਜਿਹੜਾ ਦੂਸਰਾ ਮੁਲਜ਼ਮ ਹੈ ਵਿਕਾਸ ਕਲਿਆਣ ਏਲੀਅਸ ਨੰਨੂ, ਇਹਦੇ ਖਿਲਾਫ ਵੀ 3 ਮੁਕੱਦਮੇ ਦਰਜ ਨੇ ਡਿਸਟ੍ਰਿਕਟ ਕਪੂਰਥਲਾ 'ਚ ਵੀ, ਜਲੰਧਰ ਵੀ। ਇਹ ਵੀ ਲੜਾਈ ਝਗੜੇ ਦੇ ਈਵਨ 307 ਦਾ ਅਟੈਂਪਟ ਟੂ ਮਰਡਰ ਦੇ ਪਹਿਲਾਂ ਵੀ ਮੁਕੱਦਮੇ ਦਰਜ ਹੈ। ਔਰ ਥਰਡ ਜਿਹੜਾ ਹੈਗਾ ਲੜਕਾ ਅਭਿਨੰਦਨ, ਉਹਦੇ ਖਿਲਾਫ ਵੀ ਜਿਹੜਾ ਦਿਵਾਲੀ ਵਾਲੇ ਦਿਨਾਂ 'ਚ ਡਿਵੀਜ਼ਨ ਨੰਬਰ 4 ਦੇ ਵਿੱਚ 307 ਦਾ ਗੋਲੀ ਚੱਲੀ ਸੀਗੀ AC ਮਾਰਕੀਟ ਦੇ ਵਿੱਚ, ਉਹਦੇ 'ਚ ਵੀ ਮੁੱਖ ਦੋਸ਼ੀ ਸੀਗਾ। ਉਹਨੂੰ ਅਸੀਂ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ। ਔਰ ਜਿਹੜਾ ਵੈਪਨ ਆਫ ਅਫੈਂਸ ਹੈ, ਜੋ ਕਿਉਂਕਿ 2 ਵੈਪਨ ਉੱਥੇ 2 ਮੁਲਜ਼ਮਾਂ ਕੋਲ ਦੇਖੇ ਗਏ ਸੀ ਔਰ ਬਿਆਨ ਵੀ ਇਹੀ ਆਏ ਸੀਗੇ ਔਰ ਮੌਕਾ ਵੀ ਇਹੀ ਦੱਸ ਰਿਹਾ ਸੀ ਕਿ 2 ਮੁਲਜ਼ਮਾਂ ਨੇ ਫਾਇਰਿੰਗ ਕੀਤੀ ਸੀ, ਗੁਰਪ੍ਰੀਤ ਗੋਪੀ, ਉੱਤੋਂ ਅਸੀਂ ਆਲਰੇਡੀ ਜਿਹੜਾ ਪਿਸਟਲ ਰਿਕਵਰ ਕਰ ਚੁੱਕੇ ਹਾਂ। ਅਤੇ ਸਾਡੀ ਟੀਮ ਨੇ ਸੁਖਵਿੰਦਰਪਾਲ ਗੋਲਡੀ ਤੋਂ ਵੀ ਇੱਕ ਵੈਪਨ ਆਫ ਅਫੈਂਸ ਜਿਹੜਾ ਅਲੋਂਗ ਵਿਦ ਕਾਰਟ੍ਰੇਜਸ ਉਹ ਬਰਾਮਦ ਕਰ ਲਿਆ। ਭਾਈ ਸਾਹਿਬ ਇਹ ਅੱਜ ਕਿਉਂਕਿ ਟੀਮ ਅਜੇ ਟ੍ਰਾਂਜ਼ਿਟ ਦੇ ਵਿੱਚ ਹੈਗੀ ਹੈ, ਤੁਹਾਡੇ ਨਾਲ ਇਹ ਇਨਫੋਰਮੇਸ਼ਨ ਸ਼ੇਅਰ ਕਰ ਰਹੇ, ਜਿਸ ਤਰ੍ਹਾਂ ਹੀ ਆਏਗੀ ਜਿਵੇਂ ਹੋਏਗੀ ਤੁਹਾਡੇ ਨਾਲ ਪੂਰੀ ਇਨਫੋਰਮੇਸ਼ਨ ਅਸੀਂ ਸ਼ੇਅਰ ਕਰਾਂਗੇ।